ਬੀਤੇ ਦਿਨੀਂ ਪੂਰੀ ਦੁਨੀਆ 'ਚ ਫਰੈਂਡਸ਼ਿਪ ਡੇ ਯਾਨੀ ਦੋਸਤੀ ਦਾ ਦਿਨ ਮਨਾਇਆ ਗਿਆ। ਦੋਸਤਾਂ ਨੇ ਇੱਕ ਦੂਜੇ ਨੂੰ ਮੋਬਾਈਲ ਅਤੇ ਹੋਰ ਕਈ ਤਰੀਕਿਆਂ ਨਾਲ ਸ਼ੁਭਕਾਮਨਾਵਾਂ ਦਿੱਤੀਆਂ, ਪਰ ਕੈਪਟਨ ਅਮਰਿੰਦਰ ਸਿੰਘ ਲਈ ਫੇਸਬੁੱਕ 'ਤੇ ਇਹ ਦਿਨ ਕੋਈ ਬਹੁਤ ਵਧੀਆ ਸਾਬਿਤ ਨਾ ਹੋਇਆ। 11:53 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫੇਸਬੁੱਕ ਪੇਜ 'ਤੇ ਆਪਣੇ ਇੱਕ ਫੌਜੀ ਦੋਸਤ ਦੀ ਖੁਦ ਨਾਲ ਖਿੱਚੀ ਇੱਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ਇਸ ਤੋਂ ਵੱਧ ਮੇਰੇ ਲਈ ਖੁਸ਼ੀ ਅਤੇ ਮਾਣ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੇਰੇ ਹਿੱਸੇ ਭਾਰਤੀ ਫੌਜ ਦੀ ਦੋਸਤੀ ਆਈ। ਆਪਣੇ ਫੌਜ ਦੇ ਦਿਨਾਂ 'ਚ ਜੋ ਮੈਂ ਦੋਸਤ ਬਣਾਏ ਅਤੇ ਦੋਸਤੀ ਦਾ ਨਿੱਘ ਮਾਣਿਆ, ਉਹ ਰਹਿੰਦੀ ਜ਼ਿੰਦਗੀ ਤੱਕ ਮੇਰੇ ਨਾਲ ਰਹੇਗਾ। ਸਾਰਿਆਂ ਨੂੰ ਵਿਸ਼ਵ ਦੋਸਤੀ ਦਿਹਾੜਾ ਸਾਰਿਆਂ ਨੂੰ ਮੁਬਾਰਕ। ਫੇਸਬੁੱਕ 'ਤੇ ਕੈਪਟਨ ਨੇ ਜਿਵੇਂ ਹੀ ਇਹ ਸਟੇਟਸ ਪਾਇਆ ਤਾਂ ਲੋਕਾਂ ਦੇ ਕਮੈਂਟਾਂ ਦੀ ਝੜੀ ਲੱਗ ਗਈ। ਬਹੁਤੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਮੁਖਾਲਫਤ ਕੀਤੀ ਤਾਂ ਕੈਪਟਨ ਦੀ ਤਾਰੀਫ ਕਰਨ ਵਾਲੇ ਵੀ ਘੱਟ ਨਹੀਂ ਸਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪ ਜਵਾਬ ਦਿੱਤੇ। ਇੱਕ ਫੇਸਬੁੱਕ ਯੂਜ਼ਰ ਨੇ, ਗੁਰਸੇਵਕ ਸਿੰਘ ਢਿੱਲੋਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ 'ਤੇ ਜਦੋਂ ਵੱਡੇ ਇਲਜ਼ਾਮ ਲਗਾਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਫਜ਼ੂਲ ਗੱਲ ਕਰਾਰ ਦਿੰਦਿਆਂ ਆਪਣੇ ਜਵਾਬ ਦਿੱਤਾ। ਇਸੇ ਤਰ੍ਹਾਂ ਏਕਮਜੋਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਢਿੱਲੋਂ ਫਜ਼ੂਲ ਗੱਲਾਂ ਨਹੀਂ ਕਰ ਰਿਹਾ, ਗਲੀ ਗਲੀ ਚਿੱਟਾ ਵਿਕ ਰਿਹਾ ਹੈ, ਇਹ ਕਦੋਂ ਰੁਕੇਗਾ, ਅਤੇ ਮੈਂ ਇਕੱਲੇ ਇਕੱਲੇ ਸਮਗਲਰ ਦਾ ਪਤਾ ਤੁਹਾਨੂੰ ਦੱਸ ਸਕਦਾ ਹਾਂ, ਜੇਕਰ ਹਿੰਮਤ ਹੈ ਤਾਂ ਉਹਨਾਂ ਨੂੰ ਫੜ ਕੇ ਦਿਖਾਓ। ਇਸੇ ਦੌਰਾਨ ਇੱਕ ਹੋਰ ਯੂਜ਼ਰ ਸੌਰਭ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਕਮੈਂਟ 'ਚ ਕੀਤਾ ਕਿ ਅਸੀਂ ਤੁਹਾਡੇ ਨਾਲ ਹਾਂ, ਸਾਡੇ ਇਲਾਕੇ 'ਚ ਚਿੱਟਾ ਬਿਲਕੁਲ ਖਤਮ ਹੋ ਗਿਆ, ਧੰਨਵਾਦ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਗੁਰਸੇਵਕ ਸਿੰਘ ਢਿੱਲੋਂ ਦਾ ਨਾਂ ਲਿਖਿਆ ਕਿ ਤੁਸੀਂ ਰੋਜ਼ ਅਖਬਾਰ ਨਹੀਂ ਦੇਖਦੇ, ਕਿੰਨਾ ਚਿੱਟਾ ਫੜਿਆ ਗਿਆ, ਰੋਜ਼ ਅਖਬਾਰਾਂ ਦੱਸਦੀਆਂ ਨੇ, 30,000 ਵੇਚਣ ਵਾਲੇ ਜੇਲ੍ਹਾਂ 'ਚ ਬੈਠੇ ਨੇ, ਸਾਰੇ ਨਾਲ ਵਾਲੇ ਸੂਬਿਆਂ ਨੂੰ ਵੀ ਇਸ ਲੜਾਈ ਵਿੱਚ ਜੋੜਿਆ ਹੈ, ਹੋਰ ਕੀ ਕਰੀਏ, ਸੋਚ ਕੇ ਬੋਲਿਆ ਕਰੋ। ਸੋ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਜਿੱਥੇ ਫੇਸਬੁੱਕ ਜ਼ਰੀਏ ਲੋਕਾਂ ਨਾਲ ਸੰਵਾਦ ਰਚ ਰਹੇ ਨੇ, ਉੱਥੇ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਟਾਈਮ ਨਾਲ ਹੀ ਦੇ ਰਹੇ ਨੇ, ਜਿਸ ਦਾ ਸਰਕਾਰ 'ਤੇ ਸਕਾਰਾਤਮਕ ਅਸਰ ਪੈਣਾ ਲਾਜ਼ਮੀ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।